ਚੋਰ ਦਾ ਦੇਖੋ ਕਾਰਨਾਮਾ। ਚੋਰੀ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਕੀਤੀ ਪਾਲਣਾ, ਸਿਰ ਨੂੰ ਢੱਕਿਆ, ਚੱਪਲਾਂ ਵੀ ਉਤਾਰੀਆਂ ਬਾਹਰ, ਫਿਰ ਅੰਦਰ ਵੜ ਕੇ ਕਰ ਲਈ ਚੋਰੀ। ਚੋਰੀ ਦੀ ਇਹ ਘਟਨਾ ਕਪੂਰਥਲਾ ਦੇ ਅਜੀਤ ਨਗਰ ਦੇ ਗੁਰਦੁਆਰਾ ਸਾਹਿਬ ਜਠੇਰੇ ਤੋਂ ਸਾਹਮਣੇ ਆਈ ਹੈ ਅਤੇ ਚੋਰੀ ਦੀ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਵਿੱਚ ਕੈਦ ਹੋ ਗਈ। ਗੁਰਦੁਆਰਾ ਸਾਹਿਬ ਜਠੇਰੇ ਦੇ ਸੇਵਾਦਾਰ ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੀ ਰਾਤ ਸੁਖਾਸਣ ਦੇ ਬਾਅਦ ਗੁਰਦੁਆਰਾ ਸਾਹਿਬ ਦਾ ਮੁੱਖ ਗ੍ਰੰਥੀ ਦੋਨੋਂ ਗੇਟਾਂ ਨੂੰ ਤਾਲੇ ਲਗਾ ਕੇ ਘਰ ਚਲਾ ਗਿਆ ਸੀ, ਪਰ ਜਦੋਂ ਉਹ ਸਵੇਰੇ ਤਕਰੀਬਨ 5 ਵਜੇ ਆਇਆ ਤਾਂ ਉਸਨੇ ਦੇਖਿਆ ਕਿ ਦੋਵੇਂ ਗੇਟਾਂ ਨੂੰ ਕਟਰ ਦੇ ਨਾਲ ਕੱਟਿਆ ਹੋਇਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਵੀ ਟੁੱਟੀ ਹੋਈ ਸੀ ਅਤੇ ਉਸਦੇ ਵਿੱਚੋਂ ਨਕਦੀ ਵੀ ਕਿਸੇ ਨੇ ਚੁਰਾ ਲਈ ਸੀ। ਚੋਰੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ, ਜਿਸਦੇ ਵਿੱਚ ਚੋਰ ਦਰਵਾਜ਼ਾ ਤੋੜਦਾ ਅਤੇ ਗੋਲਕ ਤੋੜ ਕੇ ਪੈਸੇ ਚੁਰਾਉਂਦਾ ਦਿਖਾਈ ਦੇ ਰਿਹਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਖਿਲਾਫ FIR ਦਰਜ ਕਰ ਲਈ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਚੋਰ ਦਾ ਦੇਖੋ ਕਾਰਨਾਮਾ। ਚੋਰੀ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਕੀਤੀ ਪਾਲਣਾ, ਸਿਰ ਨੂੰ ਢੱਕਿਆ, ਚੱਪਲਾਂ ਵੀ ਉਤਾਰੀਆਂ ਬਾਹਰ, ਫਿਰ ਅੰਦਰ ਵੜ ਕੇ ਕਰ ਲਈ ਚੋਰੀ। ਚੋਰੀ ਦੀ ਇਹ ਘਟਨਾ ਕਪੂਰਥਲਾ ਦੇ ਅਜੀਤ ਨਗਰ ਦੇ ਗੁਰਦੁਆਰਾ ਸਾਹਿਬ ਜਠੇਰੇ ਤੋਂ ਸਾਹਮਣੇ ਆਈ ਹੈ ਅਤੇ ਚੋਰੀ ਦੀ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਵਿੱਚ ਕੈਦ ਹੋ ਗਈ। ਗੁਰਦੁਆਰਾ ਸਾਹਿਬ ਜਠੇਰੇ ਦੇ ਸੇਵਾਦਾਰ ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੀ ਰਾਤ ਸੁਖਾਸਣ ਦੇ ਬਾਅਦ ਗੁਰਦੁਆਰਾ ਸਾਹਿਬ ਦਾ ਮੁੱਖ ਗ੍ਰੰਥੀ ਦੋਨੋਂ ਗੇਟਾਂ ਨੂੰ ਤਾਲੇ ਲਗਾ ਕੇ ਘਰ ਚਲਾ ਗਿਆ ਸੀ, ਪਰ ਜਦੋਂ ਉਹ ਸਵੇਰੇ ਤਕਰੀਬਨ 5 ਵਜੇ ਆਇਆ ਤਾਂ ਉਸਨੇ ਦੇਖਿਆ ਕਿ ਦੋਵੇਂ ਗੇਟਾਂ ਨੂੰ ਕਟਰ ਦੇ ਨਾਲ ਕੱਟਿਆ ਹੋਇਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਵੀ ਟੁੱਟੀ ਹੋਈ ਸੀ ਅਤੇ ਉਸਦੇ ਵਿੱਚੋਂ ਨਕਦੀ ਵੀ ਕਿਸੇ ਨੇ ਚੁਰਾ ਲਈ ਸੀ। ਚੋਰੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ, ਜਿਸਦੇ ਵਿੱਚ ਚੋਰ ਦਰਵਾਜ਼ਾ ਤੋੜਦਾ ਅਤੇ ਗੋਲਕ ਤੋੜ ਕੇ ਪੈਸੇ ਚੁਰਾਉਂਦਾ ਦਿਖਾਈ ਦੇ ਰਿਹਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਖਿਲਾਫ FIR ਦਰਜ ਕਰ ਲਈ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਚੋਰ ਦਾ ਦੇਖੋ ਕਾਰਨਾਮਾ। ਚੋਰੀ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਕੀਤੀ ਪਾਲਣਾ, ਸਿਰ ਨੂੰ ਢੱਕਿਆ, ਚੱਪਲਾਂ ਵੀ ਉਤਾਰੀਆਂ ਬਾਹਰ, ਫਿਰ ਅੰਦਰ ਵੜ ਕੇ ਕਰ ਲਈ ਚੋਰੀ। ਚੋਰੀ ਦੀ ਇਹ ਘਟਨਾ ਕਪੂਰਥਲਾ ਦੇ ਅਜੀਤ ਨਗਰ ਦੇ ਗੁਰਦੁਆਰਾ ਸਾਹਿਬ ਜਠੇਰੇ ਤੋਂ ਸਾਹਮਣੇ ਆਈ ਹੈ ਅਤੇ ਚੋਰੀ ਦੀ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਵਿੱਚ ਕੈਦ ਹੋ ਗਈ। ਗੁਰਦੁਆਰਾ ਸਾਹਿਬ ਜਠੇਰੇ ਦੇ ਸੇਵਾਦਾਰ ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੀ ਰਾਤ ਸੁਖਾਸਣ ਦੇ ਬਾਅਦ ਗੁਰਦੁਆਰਾ ਸਾਹਿਬ ਦਾ ਮੁੱਖ ਗ੍ਰੰਥੀ ਦੋਨੋਂ ਗੇਟਾਂ ਨੂੰ ਤਾਲੇ ਲਗਾ ਕੇ ਘਰ ਚਲਾ ਗਿਆ ਸੀ, ਪਰ ਜਦੋਂ ਉਹ ਸਵੇਰੇ ਤਕਰੀਬਨ 5 ਵਜੇ ਆਇਆ ਤਾਂ ਉਸਨੇ ਦੇਖਿਆ ਕਿ ਦੋਵੇਂ ਗੇਟਾਂ ਨੂੰ ਕਟਰ ਦੇ ਨਾਲ ਕੱਟਿਆ ਹੋਇਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਵੀ ਟੁੱਟੀ ਹੋਈ ਸੀ ਅਤੇ ਉਸਦੇ ਵਿੱਚੋਂ ਨਕਦੀ ਵੀ ਕਿਸੇ ਨੇ ਚੁਰਾ ਲਈ ਸੀ। ਚੋਰੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ, ਜਿਸਦੇ ਵਿੱਚ ਚੋਰ ਦਰਵਾਜ਼ਾ ਤੋੜਦਾ ਅਤੇ ਗੋਲਕ ਤੋੜ ਕੇ ਪੈਸੇ ਚੁਰਾਉਂਦਾ ਦਿਖਾਈ ਦੇ ਰਿਹਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਖਿਲਾਫ FIR ਦਰਜ ਕਰ ਲਈ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।